ਦੇ ਠੇਕਣ ਲੁੱਟਣ ਦੀ ਕੋਸ਼ਿਸ਼ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ। ਬਟਾਲਾ ਦੇ ਨੇੜਲੇ ਪਿੰਡ ਗਿੱਲਾਵਾਲੀ ਵਿਖੇ ਕੁਝ ਅਣਪਛਾਤੇ ਲੋਕਾਂ ਵੱਲੋਂ ਠੇਕਣ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਗੁਆਂਢ ਘਰਾਂ ਵਾਲੇ ਲੋਕਾਂ ਜਦੋਂ ਠੇਕਾ ਟੁੱਟਣ ਦੀ ਆਵਾਜ਼ ਸੁਣ ਰੌਲਾ ਪਾਉਣ ਲੱਗੇ ਤਾਂ ਉਕਤ ਵਿਅਕਤੀ ਉੱਥੋਂ ਭੱਜ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਉੱਥੇ ਹੀ ਸ਼ਰਾਬ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਠੇਕੇ ਦੇ ਸੇਲਸਮੈਨ ਨੇ ਦੱਸਿਆ ਕਿ ਉਸ ਨੇ ਸਵੇਰੇ ਜਦ ਠੇਕਾ ਖੋਲ੍ਹਣਾ ਸੀ ਤਾਂ ਆ ਕੇ ਦੇਖਿਆ ਠੇਕੇ ਦੇ ਤਾਲੇ ਟੁੱਟੇ ਹੋਏ ਸਨ। ਇਹ ਜੀ ਸਾਡਾ ਗਿੱਲਾਂਵਾਲੀ ਪਿੰਡ ਹੈ ਜੀ, ਆ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗਿੱਲਾਂਵਾਲੀ ਪਿੰਡ ਹੈ। ਉਹ ਪਿੰਡ ਦੇ ਬਾਹਰ ਠੇਕਾ ਸੀ, ਉਹ ਜਦੋਂ ਸਵੇਰੇ ਸਾਡਾ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲ੍ਹਣ ਲਈ ਗਿਆ ਜੀ, ਅਤੇ ਇਹਨੇ ਜਾ ਕੇ ਦੇਖਿਆ ਜੀ ਉਸ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ। ਉਹ ਫਿਰ ਨਾਲ ਦੇ ਲੱਗੇ ਜਿਹੜੇ ਗੁਆਂਢੀਆਂ ਦੇ ਵੱਲ ਸੀਸੀਟੀਵੀ ਲੱਗੇ ਸੀ, ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦੇਖਦੇ ਹੋਏ ਨਜ਼ਰ ਵੀ ਆਏ ਆ ਵੀ ਉਹ ਜਿੰਨਾ ਲੋਕ ਤੋੜ ਰਹੇ ਨੇ ਉਹਦੇ। ਸਿਰਫ ਇਹ ਜੀ ਪਰਮਾਤਮਾ ਦੀ ਕਿਰਪਾ ਰਹੀ ਵੀ ਉਹ ਜਦੋਂ ਸ਼ਟਰ ਤੋੜ ਰਹੇ ਸੀ ਅਤੇ ਗੁਆਂਢੀ ਲੱਗ ਕੇ ਜਾਗ ਪਏ, ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ। ਸਰ ਕਿੰਨੇ ਬੰਦੇ ਸੀ ਟੋਟਲ? ਇਹ ਤਕਰੀਬਨ 4 ਬੰਦੇ ਸੀ ਜੀ। ਗੱਡੀ ਵੀ ਇੱਕ ਰੋਡ 'ਤੇ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਰਹੀ ਹੈ। 4 ਬੰਦੇ ਸੀ ਉਹ ਜੋ ਠੇਕੇ ਦੀ ਲੁੱਟ ਕਰਨ ਆਏ ਸੀ। ਗੱਡੀ ਪਤਾ ਲੱਗਾ ਕੁਛ? ਗੱਡੀ ਤਾਂ ਨਹੀਂ, ਉਹ ਪੁਲਿਸ ਨੂੰ ਅਸੀਂ SHO ਸਦਰ ਜੀ ਸਰਦਾਰ ਸੁਖਵਿੰਦਰ ਸਿੰਘ ਹੋਣਾ ਦੀ ਨੌਲੇਜ ਦੇ ਵਿੱਚ ਸਾਰਾ ਕੇਸ ਪਾਤਾ, ਉਹ ਪੁਲਿਸ ਕਾਰਵਾਈ ਜਾਰੀ ਹੈ ਜੀ। ਸਰ ਕੁਛ ਗਿਆ ਵੀ ਕਿ ਨਹੀਂ ਕੁਛ ਗਿਆ? ਉਹ ਜੇ ਸਾਡਾ ਮਤਲਬ ਜਿਹੜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ, ਜੋ ਵੀ ਉਹਦਾ ਹੋਊਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਉਹਦਾ ਕਿੰਨਾ ਨੁਕਸਾਨ ਹੋਇਆ ਜੀ। ਠੀਕ ਹੈ।